ਪੰਜਾਬ ਦੇ ਵਿੱਚ 20 ਨਵੰਬਰ ਨੂੰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਜ਼ਿਮਨੀ ਚੋਣਾਂ ਨੂੰ ਲੈ ਕੇ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਪੱਕ ਚੁੱਕਿਆ। ਉਮੀਦਵਾਰ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਡਟੇ ਹੋਏ ਨੇ ਤਾਂ ਉੱਥੇ ਹੀ ਗਿੱਦੜਬਾਹਾ ਦੇ ਵਿੱਚ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਕਾਂਗਰਸ ਦੀ ਉਮੀਦਵਾਰ ਵਜੋਂ ਜਿਹੜੀ ਕਿ ਗਿੱਦੜਬਾਹਾ ਦੇ ਵਿੱਚ ਜ਼ਿਮਨੀ ਚੋਣਾਂ ਲੜ ਰਹੇ ਨੇ। ਤਾਂ ਦੱਸਦੇ ਕਿ ਕੁਝ ਖਾਸ ਤਸਵੀਰਾਂ ਗਿੱਦੜਬਾਹਾ ਤੋਂ ਬੀਤੇ ਦਿਨੀ ਦੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਕਿ ਜੋ ਤੁਹਾਨੂੰ ਵੀ ਹੈਰਾਨ ਕਰ ਦੇਣਗੇ। ਦਰਅਸਲ ਦੱਸਦੇ ਕਿ ਦਲਬੀਰ ਗੋਲਡੀ ਜੋ ਕਾਂਗਰਸ ਪਾਰਟੀ ਛੱਡ ਕੇ ਆਪ ਦੇ ਵਿੱਚ ਲੋਕ ਸਭਾ ਚੋਣਾਂ ਦੌਰਾਨ ਸ਼ਾਮਿਲ ਹੋ ਗਏ ਸੀ, ਸੀਐਮ ਆਰ ਦੀ ਅਗਵਾਈ ਦੇ ਵਿੱਚ ਸ਼ਾਮਿਲ ਹੋਏ ਸੀ, ਤਾਂ ਉਹਨਾਂ ਦੇ ਵੱਲੋਂ ਅਮ੍ਰਿਤਾ ਵੜਿੰਗ ਦੇ ਹੱਕ ਦੇ ਵਿੱਚ ਬੀਤੇ ਦਿਨੀ ਚੋਣ ਪ੍ਰਚਾਰ ਕੀਤਾ ਗਿਆ। ਰਾਜਾ ਵੜਿੰਗ ਦੇ ਨਾਲ ਚੋਣ ਪ੍ਰਚਾਰ ਕਰਦੇ ਦਲਬੀਰ ਗੋਲਡੀ ਨਜ਼ਰ ਆਏ ਨੇ। ਜੀ ਹਾਂ, ਵੱਡੇ ਸਵਾਲ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਪੈਦਾ ਕਰ ਰਹੀਆਂ ਨੇ ਕਿ ਮੁੜ ਤੋਂ ਦਲਬੀਰ ਗੋਲਡੀ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ। ਤਾਂ ਦੱਸ ਦਈਏ ਕਿ ਜਿਵੇਂ ਹੀ ਦਲਬੀਰ ਗੋਲਡੀ ਕਾਂਗਰਸ ਦਾ ਹੱਥ ਛੱਡ ਕੇ ਆਪ ਦੇ ਵਿੱਚ ਸ਼ਾਮਿਲ ਹੁੰਦੇ ਨੇ, ਤਾਂ ਉੱਥੇ ਪ੍ਰਤਾਪ ਬਾਜਵਾ ਦੇ ਵੱਲੋਂ ਵੀ ਕਈ ਗੱਲਾਂ ਆਖਿਆ ਗਈਆਂ ਸੀ ਕਿ ਹੁਣ ਦਲਬੀਰ ਗੋਲਡੀ ਦੀ ਕਾਂਗਰਸ ਦੇ ਵਿੱਚ ਕੋਈ ਵੀ ਜਗ੍ਹਾ ਨਹੀਂ ਰਹੀ। ਤਾਂ ਜਿਵੇਂ ਹੀ ਹੁਣ ਕੁਝ ਹੀ ਦਿਨ ਪਹਿਲਾਂ ਦਲਬੀਰ ਗੋਲਡੀ ਆਪ ਤੋਂ ਵੀ ਕਿਨਾਰਾ ਕਰ ਲੈਂਦੇ ਨੇ ਆਮ ਆਦਮੀ ਪਾਰਟੀ ਛੱਡ ਕੇ, ਉਹਨਾਂ ਦੇ ਵੱਲੋਂ ਵੀ ਬਹੁਤ ਸਾਰੇ ਅਜਿਹੇ ਬਿਆਨ ਦਿੱਤੇ ਗਏ ਸੀ ਕਿ ਉਹ ਹੁਣ ਕਿਸੇ ਵੀ ਪਾਰਟੀ ਦੇ ਵਿੱਚ ਨਹੀਂ ਜਾਣਗੇ। ਤਾਂ ਇਹ ਤਸਵੀਰਾਂ ਵੱਡੇ ਸੰਕੇਤ ਦੇ ਰਹੀਆਂ ਨੇ। ਜਿਵੇਂ ਹੀ ਦਲਬੀਰ ਗੋਲਡੀ ਦੇ ਵੱਲੋਂ ਕਾਂਗਰਸ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ, ਤਾਂ ਵੱਡੇ ਸਵਾਲ ਇਹ ਪੈਦਾ ਕਰ ਰਹੀਆਂ ਨੇ ਕਿ ਮੁੜ ਦਲਬੀਰ ਗੋਲਡੀ ਕਾਂਗਰਸ ਪਾਰਟੀ ਦੇ ਵਿੱਚ ਜਲਦ ਸ਼ਾਮਿਲ ਹੋ ਸਕਦੇ ਨੇ। ਤਾਂ ਦੱਸ ਦਈਏ ਕਿ ਲੋਕ ਸਭਾ ਚੋਣਾਂ ਦੌਰਾਨ ਦਲਬੀਰ ਗੋਲਡੀ ਨੇ ਕਾਂਗਰਸ ਪਾਰਟੀ ਛੱਡੀ ਸੀ, ਇਸ ਗੱਲ ਤੋਂ ਨਾਰਾਜ਼ ਹੋ ਗਏ ਸੀ ਕਿ ਸੰਗਰੂਰ ਤੋਂ ਲੋਕ ਸਭਾ ਦੀ ਜਿਹੜੀ ਟਿਕਟ ਹੈ ਉਹ ਸੁਖਪਾਲ ਖਹਿਰਾ ਨੂੰ ਦਿੱਤੀ ਗਈ ਸੀ, ਜਦਕਿ ਦਲਬੀਰ ਗੋਲਡੀ ਦੇ ਵੱਲੋਂ ਲਗਾਤਾਰ ਦਾਅਵਾ ਕੀਤਾ ਜਾ ਰਿਹਾ ਸੀ, ਪਰ ਟਿਕਟ ਜਿਹੜੀ ਕਿ ਉਹ ਕਾਂਗਰਸ ਦੇ ਵੱਲੋਂ ਸੁਖਪਾਲ ਖਹਿਰਾ ਨੂੰ ਦਿੱਤੀ ਗਈ ਸੀ, ਜਿਸ ਤੋਂ ਨਾਰਾਜ਼ ਹੋ ਕੇ ਦਲਬੀਰ ਗੋਲਡੀ ਨੇ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਸੀ। ਤਾਂ ਹੁਣ ਕੁਝ ਦਿਨ ਪਹਿਲਾਂ ਜਿਹੜੇ ਕਿ ਆਮ ਆਦਮੀ ਪਾਰਟੀ ਤੋਂ ਵੀ ਕਿਨਾਰਾ ਕਰ ਲਿਆ, ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਹੁਣ ਕਿਸੇ ਵੀ ਪਾਰਟੀ ਦੇ ਵਿੱਚ ਨਹੀਂ ਜਾਣਗੇ। ਪਰ ਇਹ ਤਸਵੀਰਾਂ ਕੁਝ ਹੋਰ ਹੀ ਬਿਆਨ ਸਾਬਿਤ ਕਰ ਰਹੀਆਂ ਨੇ, ਕੁਝ ਹੋਰ ਹੀ ਜਿਹੜੀਆਂ ਕਿ ਤਸਵੀਰਾਂ ਨੇ ਵੱਡੇ ਸੰਕੇਤ ਦੇ ਦਿੱਤੇ ਨੇ ਕਿ ਦਲਬੀਰ ਗੋਲਡੀ ਹੋ ਸਕਦਾ ਹੁਣ ਮੁੜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਹਨ। ਫੋਰ ਆਲ ਯੋਰ ਇਮੀਗ੍ਰੇਸ਼ਨ ਫੈਮਿਲੀ ਲਾਅ ਨੀਡਸ, ਕਾਲ ਔਰ ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ। ਰੋਡਿਸ ਇੰਕ ਮਿਲੀਅਨ ਮਾਈਲਸ ਵਿਦ ਸਮਾਈਲ ਔਰ ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ। ਫਲੈਂਗਵਰਡ ਟਰੱਕ ਰਿਪੇਅਰ, ਟਰੱਸਟ ਵੀ ਬਿਲਡ ਇਨ ਟਰੱਕ ਰਿਪੇਅਰ ਔਰ ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ। ਦ ਮਸਾਲਾ ਟਵਿਸਟ ਓਕਸਨਰ, ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਔਰ ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ। ਪੀਜ਼ਾ ਟਵਿਸਟ, ਟੇਸਟ ਵੀ ਟਵਿਸਟ, ਆਰਡਰ ਟੂਡੇ, ਕਾਲ ਔਰ ਵਿਜ਼ਿਟ ਵੈਬਸਾਈਟ ਔਰ ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ। ਨਿਊ ਇੰਡੀਆ ਮਾਰਕੀਟ ਔਰ ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ। ਢਾਬਾ ਇੰਡੀਅਨ ਕੁਜ਼ੀਨ, ਟ੍ਰੇਸੀ, ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ ਔਰ ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ। ਬਿਲਾ ਮਾਰਕੀਟ, ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ। ਸਿਮੀ ਵੈਲੇ ਫੈਮਿਲੀ ਡੈਂਟਲ ਆਫਿਸ ਔਰ ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ। ਸਮਰਾ ਪ੍ਰੋਡਿਊਸ ਲਾਰਜੈਸਟ ਵਰਾਇਟੀ ਆਫ ਇੰਡੀਅਨ ਵੈਜੀਟੇਬਲਸ ਐਂਡ ਫਰੂਟਸ ਇਨ ਦਾ USA, ਸਕੈਨ ਦਿਸ ਕਿਊ ਆਰ ਕੋਡ ਟੂ ਕੰਟੈਕਟ ਅਸ। ਮਾਊਂਟੇਨ ਮਾਈਕ ਪੀਜ਼ਾ, ਸਕੈਨ ਦਿਸ ਕਿਊ ਆਰ ਕੋਡ ਟੂ ਕੰਟੈਕਟ ਅਸ। ਅੱਪਾ ਕੜਾਹੀ ਮੇਡ ਐਂਡ ਸਰਵਡ ਵਿਦ ਲਵ, ਸਕੈਨ ਦਿਸ ਕਿਊ ਆਰ ਕੋਡ ਟੂ ਕੰਟੈਕਟ ਅਸ। ਕ੍ਰਿਸ਼ਨ ਕੁਮਾਰ ਕਵਰਡ, ਕੈਲੀਫੋਰਨੀਆ, ਸਰਟੀਫਾਈਡ ਏਜੰਸੀ ਮੈਨੇਜਰ ਹੂ ਕੈਨ ਹੈਲਪ ਯੂ, ਯੂਰ ਫੈਮਿਲੀ ਐਂਡ ਯੂਰ ਸਮਾਲ ਬਿਜ਼ਨਸ ਵਿਦ ਹੈਲਥ ਇੰਸ਼ੋਰੈਂਸ। ਕਾਲ ਐਟ 1877-830-3270 ਔਰ ਸਕੈਨ ਕਿਊ ਆਰ ਕੋਡ ਟੂ ਕਾਲ ਔਰ ਟੈਕਸਟ।